ਤੁਹਾਡੇ ਉੱਪਰ ਉਦੋਂ ਕੀ ਬੀਤੇਗੀ ਜਦੋਂ ਤੁਹਾਡੀਆਂ ਅੱਖਾਂ ਸਾਹਮਣੇ ਕੋਈ ਸਿੰਘ ਗੁਰਦੁਆਰੇ ਦੇ ਉੱਪਰੋਂ ਛਲਾਂਗ ਲਗਾ ਦੇਵੇ, ਤੇ ਛਲਾਂਗ ਵੀ ਕਿਸੇ ਚੰਗੇ ਕੰਮ ਨੂੰ ਨਹੀਂ ਸਗੋਂ ਕਿਸੇ ਪਰਾਈ ਇਸਤਰੀ ਨੂੰ ਪਾਉਣ ਵਾਸਤੇ ਲਗਾਈ ਹੋਵੇ। ਇਸ ਪੂਰੀ ਘਟਨਾ ਨੂੰ ਸੁਣ ਕੇ ਸਰੀਰ ਤੇ ਲੂੰ ਗੰਢੇ ਖੜੇ ਹੋ ਜਾਣਗੇ। ਰਾਜਸਥਾਨ ਦਾ ਰਹਿਣ ਵਾਲਾ ਹਰਜੀਤ ਸਿੰਘ ਦੱਸਦਾ ਹੈ ਕਿ ਮੇਰਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਤੇ ਮੇਰੇ ਦਾਦੇ ਪੜਦਾਦੇ ਸਭ ਨੇ ਅੰਮ੍ਰਿਤ ਛਕਿਆ ਹੋਇਆ ਸੀ। ਇਸ ਲਈ ਘਰਦਿਆਂ ਨੇ ਮੇਰੇ ਵੀ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦਿੱਤੀ ਤੇ ਮੇਰੇ ਵੀ ਜੂੜਾ ਰੱਖਿਆ ਹੋਇਆ ਸੀ। ਮੇਰੇ ਸਕੂਲ ਵਿੱਚ ਸਿੱਖ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ ਅਤੇ ਆਸ-ਪਾਸ ਦੇ ਮਾਹੌਲ ਦਾ ਅਸਰ ਹੋਣ ਕਰਕੇ ਮੈਂ ਵੀ ਵਾਲ ਕਟਵਾ ਦਿੱਤੇ। ਮੇਰਾ ਪੂਜਾ ਪਾਠ ਵਿੱਚ ਕੋਈ ਯਕੀਨ ਨਹੀਂ ਸੀ। ਪੜ੍ਹਾਈ ਲਿਖਾਈ ਤੋਂ ਬਾਅਦ ਮੇਰੇ ਘਰਦਿਆਂ ਨੇ ਮੇਰਾ ਵਿਆਹ ਉਸ ਕੁੜੀ ਨਾਲ ਕਰ ਦਿੱਤਾ ਜੋ ਕਿ ਧਾਰਮਿਕ ਵਿਚਾਰਾਂ ਵਾਲੀ ਸੀ। ਜਦੋਂ ਤੋਂ ਮੈਂ ਵਾਲ ਕਟਵਾਏ ਸੀ ਸਾਰੇ ਹੀ ਮੇਰੇ ਨਾਲ ਅਪਸੈਟ ਰਹਿੰਦੇ ਸੀ। ਉਹਨਾਂ ਨੇ ਮੇਰਾ ਵਿਆਹ ਇਸ ਲਈ ਕੀਤਾ ਸੀ ਕਿ ਮੇਰੀ ਘਰ ਵਾਲੀ ਮੈਨੂੰ ਸੁਧਾਰ ਦੇਵੇਗੀ, ਪਰ ਧਾਰਮਿਕ ਲੋਕਾਂ ਪ੍ਰਤੀ ਮੇਰੇ ਮਨ ਵਿੱਚ ਇੰਨਾ ਜ਼ਹਿਰ ਭਰਿਆ ਸੀ ਕਿ ਮੈਨੂੰ ਗੁਰਦੁਆਰੇ ਦੇ ਨਾਮ ਤੋਂ ਵੀ ਖਿਝ ਆ ਜਾਂਦੀ ਸੀ। ਕੇਸ ਕਤਲ ਕਰਵਾਉਣ ਤੋਂ ਬਾਅਦ ਮੈਂ ਕਦੇ ਵੀ ਗੁਰਦੁਆਰੇ ਨਹੀਂ ਗਿਆ ਸੀ। ਇੱਕ ਦਿਨ ਮੇਰੀ ਪਤਨੀ ਮੈਨੂੰ ਧੱਕੇ ਨਾਲ ਗੁਰਦੁਆਰਾ ਸਾਹਿਬ ਲੈ ਗਈ। ਉਸ ਦਾ ਕਹਿਣਾ ਸੀ ਕਿ ਤੁਸੀਂ ਭਾਵੇਂ ਮੱਥਾ ਨਾ ਟੇਕਿਓ ਪਰ ਇੱਕ ਵਾਰ ਮੇਰੇ ਨਾਲ ਗੁਰਦੁਆਰੇ ਚੱਲ ਪਵੋ। ਸੋ ਮੈਂ ਮੱਥਾ ਨਾ ਟੇਕਣ ਦੀ ਸ਼ਰਤ ਤੇ ਉਸ ਨਾਲ ਗੁਰਦੁਆਰਾ ਸਾਹਿਬ ਚਲਿਆ ਗਿਆ। ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚੇ ਤਾਂ ਮੈਂ ਕੀ ਦੇਖਦਾ ਹਾਂ ਕਿ ਗੁਰਦੁਆਰੇ ਦੀ ਉਚਾਈ ਬਹੁਤ ਜ਼ਿਆਦਾ ਸੀ। ਇਹ ਗੁਰਦੁਆਰਾ ਪੰਜਾਬ ਵਿੱਚ ਸੀ, ਰਾਜਸਥਾਨ ਵਿੱਚ ਮੈਂ ਇੰਨਾ ਉੱਚਾ ਕੋਈ ਗੁਰਦੁਆਰਾ ਨਹੀਂ ਦੇਖਿਆ ਸੀ। ਮੈਨੂੰ ਗੁਰਦੁਆਰੇ ਦੀ ਉਚਾਈ ਨੇ ਇੰਨਾ ਆਕਰਸ਼ਿਤ ਕੀਤਾ ਕਿ ਮੈਂ ਆਪਣੀ ਪਤਨੀ ਨੂੰ ਵੀ ਮੱਥਾ ਨਾ ਟੇਕਣ ਦਿੱਤਾ ਤੇ ਉਸ ਨੂੰ ਸਿੱਧਾ ਗੁਰਦੁਆਰੇ ਦੇ ਉੱਪਰ ਲੈ ਗਿਆ। ਉੱਪਰ ਪਹੁੰਚ ਕੇ ਜਦੋਂ ਮੈਂ ਝਾਤੀ ਮਾਰੀ ਤਾਂ ਸਭ ਕੁਝ ਛੋਟਾ ਛੋਟਾ ਦਿਖਾਈ ਦੇ ਰਿਹਾ ਸੀ ਤੇ ਗੁਰਦੁਆਰੇ ਦੇ ਠੀਕ ਥੱਲੇ ਸਰੋਵਰ ਸੀ। ਮੇਰੇ ਮਨ ਵਿੱਚ ਇੰਨਾ ਜ਼ਿਆਦਾ ਹੰਕਾਰ ਭਰਿਆ ਸੀ ਕਿ ਉੱਥੇ ਆਈ ਸੰਗਤ ਨੂੰ ਵੀ ਬੇਵਕੂਫ ਹੀ ਸਮਝਦਾ ਸੀ ਕਿ ਲੋਕ ਐਵੇਂ ਧੱਕੇ ਖਾਂਦੇ ਤੁਰੇ ਫਿਰਦੇ ਨੇ, ਇਹਨਾਂ ਤੋਂ ਘਰੇ ਟਿਕ ਕੇ ਨਹੀਂ ਬੈਠ ਹੁੰਦਾ। ਤੇ ਇਸ ਗੱਲ ਨੂੰ ਸਾਬਤ ਕਰਨ ਲਈ ਮੈਂ ਉੱਪਰੋਂ ਹੀ ਉੱਚੀ ਆਵਾਜ਼ ਵਿੱਚ ਬੋਲਿਆ ਕਿ ਤੁਸੀਂ ਸਾਰੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹੋ ਜਿਹੜੇ ਇਹਨਾਂ ਗੁਰਦੁਆਰਿਆਂ ਵਿੱਚ ਆਣ ਕੇ ਸਮਾਂ ਬਰਬਾਦ ਕਰਦੇ ਹੋ, ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਗੁਰਦੁਆਰਿਆਂ ਦੇ ਵਿੱਚ ਰੱਬ ਹੁੰਦਾ ਹੈ ਤਾਂ ਇਸ ਗੱਲ ਨੂੰ ਸਾਬਤ ਕਰਕੇ ਦਿਖਾਓ। ਜਿਸ ਨੂੰ ਵੀ ਲੱਗਦਾ ਹੈ ਕਿ ਗੁਰਦੁਆਰੇ ਦੇ ਵਿੱਚ ਰੱਬ ਹੁੰਦਾ ਹੈ ਤਾਂ ਉਹ ਇੱਥੋਂ ਛਲਾਂਗ ਲਗਾ ਕੇ ਦਿਖਾਵੇ। ਜੇਕਰ ਉਸ ਆਦਮੀ ਦੇ ਰੱਬ ਨੇ ਉਸ ਨੂੰ ਬਚਾ ਲਿਆ ਤਾਂ ਮੈਂ ਆਪਣੀ ਇਸਤਰੀ ਦਾ ਹੱਥ ਉਸ ਆਦਮੀ ਦੇ ਹੱਥਾਂ ਵਿੱਚ ਦੇ ਦੇਵਾਂਗਾ। ਹੰਕਾਰ ਨੇ ਮੈਨੂੰ ਇੰਨਾ ਜ਼ਿਆਦਾ ਅੰਨਾ ਕਰ ਦਿੱਤਾ ਸੀ ਕਿ ਮੈਂ ਆਪਣੀ ਪਤਨੀ ਨੂੰ ਹੀ ਦਾਅ ਤੇ ਲਾ ਦਿੱਤਾ। ਉਹ ਵਿਚਾਰੀ ਵੀ ਤਰਲੇ ਨਾਲ ਮੇਰੇ ਵੱਲ ਵੇਖਦੀ ਹੋਈ ਰੋ ਪਈ। ਮੈਂ ਉਸ ਨੂੰ ਕਿਹਾ ਕਿ ਕੁਝ ਨਹੀਂ ਹੁੰਦਾ, ਫਿਕਰ ਨਾ ਕਰ, ਇੱਥੇ ਕੋਈ ਰੱਬ ਰੂਬ ਨਹੀਂ ਹੈ ਤੇ ਨਾ ਹੀ ਕੋਈ ਬੇਵਕੂਫ ਇੱਥੋਂ ਛਲਾਂਗ ਮਾਰੇਗਾ। ਮੈਨੂੰ ਪਤਾ ਸੀ ਕਿ ਇੰਨੀ ਉਚਾਈ ਤੋਂ ਡਿੱਗ ਕੇ ਕੋਈ ਨਹੀਂ ਬਚੇਗਾ ਤੇ ਕੋਈ ਬੇਵਕੂਫ ਹੀ ਹੋਵੇਗਾ ਜੋ ਐਡਾ ਰਿਸਕ ਲਵੇਗਾ। ਮੇਰੀ ਗੱਲ ਸੁਣ ਕੇ ਸਭ ਹੈਰਾਨ ਰਹਿ ਗਏ ਤੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਕਿ ਇਹ ਬੰਦਾ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ। ਮੇਰੀ ਗੱਲ ਸੁਣ ਕੇ ਕੋਈ ਵੀ ਛਲਾਂਗ ਲਾਉਣ ਲਈ ਅੱਗੇ ਨਾ ਆਇਆ। ਮੇਰੀ ਪਤਨੀ ਰੱਬ ਨੂੰ ਮੰਨਣ ਵਾਲੀ ਸੀ ਤੇ ਉਸਨੇ ਸਭ ਕੁਝ ਰੱਬ ਤੇ ਛੱਡ ਕੇ ਅੱਖਾਂ ਬੰਦ ਕਰ ਲਈਆਂ ਸਨ ਤੇ ਹੱਥ ਜੋੜੀ ਖੜੀ ਸੀ। ਜਦੋਂ ਛਲਾਂਗ ਲਗਾਉਣ ਲਈ ਕੋਈ ਵੀ ਨਾ ਆਇਆ ਤਾਂ ਇਹ ਦੇਖ ਕੇ ਮੇਰਾ ਹਾਸਾ ਨਿਕਲ ਗਿਆ ਤੇ ਮੈਂ ਉੱਚੀ ਉੱਚੀ ਹੱਸਣ ਲੱਗ ਪਿਆ। ਮੈਨੂੰ ਹੱਸਦਿਆਂ ਦੇਖ ਕੇ ਇੱਕ ਕਮਜ਼ੋਰ ਜਿਹਾ ਸਿੰਘ ਅੱਗੇ ਆਇਆ। ਉਸ ਨੇ ਸਿਰ ਤੇ ਦੁਮਾਲਾ ਸਜਾਇਆ ਹੋਇਆ ਸੀ ਪਰ ਦੇਖਣ ਨੂੰ ਬੜਾ ਗਰੀਬ ਜਿਹਾ ਲੱਗ ਰਿਹਾ ਸੀ। ਉਹ ਕਮਜ਼ੋਰ ਜਿਹਾ ਸਿੰਘ ਛਲਾਂਗ ਲਗਾਉਣ ਲਈ ਤਿਆਰ ਹੋ ਗਿਆ। ਛੱਤ ਤੇ ਪਹੁੰਚ ਕੇ ਉਸ ਸਿੰਘ ਨੇ ਪਹਿਲਾਂ ਅਰਦਾਸ ਕੀਤੀ ਅਤੇ ਫਿਰ ਥੱਲੇ ਛਲਾਂਗ ਲਗਾ ਦਿੱਤੀ ਤੇ ਸਿੱਧਾ ਸਰੋਵਰ ਵਿੱਚ ਜਾ ਡਿੱਗਿਆ। ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਛੱਤ ਤੋਂ ਸਿੱਧਾ ਥੱਲੇ ਉਤਰਿਆ। ਥੱਲੇ ਉਤਰ ਕੇ ਸਰੋਵਰ ਤੱਕ ਪਹੁੰਚਦਿਆਂ ਸਾਨੂੰ 2.5-3 ਮਿੰਟ ਲੱਗ ਗਏ ਹੋਣਗੇ। ਸਰੋਵਰ ਦੇ ਕੰਢੇ ਜਾ ਕੇ ਦੇਖਿਆ ਕਿ ਅਜੇ ਵੀ ਉਹ ਸਿੰਘ ਪਾਣੀ ਦੇ ਉੱਪਰ ਨਹੀਂ ਆਇਆ ਸੀ ਕਿਉਂਕਿ ਸਰੋਵਰ ਵੀ ਕਾਫੀ ਡੂੰਘਾ ਸੀ। ਸਰੋਵਰ ਦੇ ਕਿਨਾਰੇ ਖੜੀ ਸੰਗਤ ਇਹ ਕਹਿ ਰਹੀ ਸੀ ਕਿ ਇਸ ਸਿੰਘ ਦੀ ਤਾਂ ਹੁਣ ਲਾਸ਼ ਹੀ ਬਾਹਰ ਆਵੇਗੀ।
ਪਰ ਸਾਡੇ ਗੱਲਾਂ ਕਰਦਿਆਂ ਕਰਦਿਆਂ ਹੀ ਉਹ ਸਿੰਘ ਪਾਣੀ ਦੇ ਉੱਪਰ ਆ ਗਿਆ। ਸੰਗਤ ਨੇ ਫਟਾਫਟ ਉਸਨੂੰ ਸਰੋਵਰ ਵਿੱਚੋਂ ਬਾਹਰ ਕੱਢਿਆ। ਬਾਹਰ ਕੱਢ ਕੇ ਉਸਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਉਸਦੀ ਛਾਤੀ ਨੂੰ ਦੱਬ ਕੇ ਪਾਣੀ ਬਾਹਰ ਕੱਢ ਦਿੱਤਾ। 10 ਮਿੰਟਾਂ ਬਾਅਦ ਉਹ ਸਿੰਘ ਉੱਠ ਕੇ ਆਪਣੇ ਪੈਰਾਂ ਤੇ ਖੜਾ ਹੋ ਗਿਆ। ਇਹ ਦੇਖ ਕੇ ਮੈਂ ਬੜਾ ਸ਼ਰਮਿੰਦਾ ਹੋਇਆ। ਮੈਨੂੰ ਇਹ ਅੰਦਾਜ਼ਾ ਸੀ ਕਿ ਜੇਕਰ ਕੋਈ ਇੰਨੀ ਉੱਪਰੋਂ ਵੀ ਸਰੋਵਰ ਵਿੱਚ ਡਿੱਗਦਾ ਹੈ ਤਾਂ ਵੀ ਬਚ ਨਿਕਲਣਾ ਔਖਾ ਹੈ, ਤੇ ਡਿੱਗਣ ਵਾਲਾ ਡਿੱਗ ਕੇ ਨਾ ਸਹੀ, ਡੁੱਬ ਕੇ ਤਾਂ ਮਰ ਹੀ ਜਾਵੇਗਾ, ਕਿਉਂਕਿ ਇਸ ਤਰੀਕੇ ਦੀ ਛਲਾਂਗ ਲਈ ਖਾਸ ਟੈਕਨੀਕ ਅਤੇ ਐਂਗਲ ਦੀ ਜ਼ਰੂਰਤ ਹੁੰਦੀ ਹੈ, ਤੇ ਪਾਣੀ ਵਿੱਚ ਇੰਨਾ ਡੂੰਘਾ ਜਾਣ ਤੋਂ ਬਾਅਦ ਉੱਪਰ ਆਉਣ ਲਈ ਵੀ ਟੈਕਨੀਕ ਲੱਗਦੀ ਹੈ, ਜੋ ਕਿ ਹਰ ਕਿਸੇ ਨੂੰ ਨਹੀਂ ਆਉਂਦੀ ਹੁੰਦੀ। ਤੇ ਉਸ ਸਿੰਘ ਨੂੰ ਦੇਖ ਕੇ ਤਾਂ ਇਹ ਵੀ ਨਹੀਂ ਲੱਗਦਾ ਸੀ ਕਿ ਇਹ ਨੋਰਮਲ ਤੈਰਨਾ ਵੀ ਜਾਣਦਾ ਹੋਵੇਗਾ, ਇਸ ਲਈ ਮੈਂ ਉਸਨੂੰ ਦੇਖ ਕੇ ਹੱਸਿਆ ਸੀ। ਜਦੋਂ ਉਹ 2-2.5 ਮਿੰਟ ਤੱਕ ਪਾਣੀ ਵਿੱਚੋਂ ਬਾਹਰ ਨਹੀਂ ਆਇਆ ਸੀ, ਉਦੋਂ ਵੀ ਮੈਨੂੰ ਲੱਗਾ ਸੀ ਕਿ ਉਹ ਮਰ ਜਾਵੇਗਾ ਤੇ ਮੇਰੀ ਇੱਜ਼ਤ ਬਚ ਜਾਵੇਗੀ, ਪਰ ਜਦੋਂ ਹੁਣ ਮੇਰੇ ਸਾਹਮਣੇ ਉਹ ਆਪਣੇ ਪੈਰਾਂ ਤੇ ਖੜਾ ਸੀ ਤਾਂ ਮੈਨੂੰ ਕੋਈ ਗੱਲ ਨਹੀਂ ਸੁੱਝ ਰਹੀ ਸੀ। ਮੇਰੇ ਚਿਹਰੇ ਦੇ ਹਾਵ ਭਾਵ ਦੇਖ ਕੇ ਉਹ ਸਿੰਘ ਮੁਸਕਰਾਉਣ ਲੱਗਾ ਤੇ ਕਹਿਣ ਲੱਗਾ, ਆਪਣੇ ਆਪ ਨੂੰ ਚਲਾਕ ਸਮਝਣ ਵਾਲਿਆ ਭੋਲਿਆ ਪੁਰਖਾ, ਹੁਣ ਤੈਨੂੰ ਆਪਣੀ ਪਤਨੀ ਦਾ ਝੋਰਾ ਖਾ ਰਿਹਾ ਹੈ, ਤੂੰ ਕੀ ਸਮਝਿਆ ਕਿ ਮੈਂ ਇਹ ਛਲਾਂਗ ਤੇਰੀ ਪਤਨੀ ਨੂੰ ਪਾਉਣ ਲਈ ਮਾਰੀ ਹੈ? ਨਹੀਂ, ਮੈਂ ਇਹ ਛਲਾਂਗ ਤੇਰਾ ਹੰਕਾਰ ਤੋੜਨ ਲਈ ਮਾਰੀ ਹੈ। ਜੇ ਮੈਂ ਇਹ ਛਲਾਂਗ ਤੇਰੀ ਪਤਨੀ ਨੂੰ ਪਾਉਣ ਲਈ ਮਾਰੀ ਹੁੰਦੀ ਤਾਂ ਮੈਂ ਕਦੇ ਵੀ ਨਹੀਂ ਬਚਣਾ ਸੀ, ਕਿਉਂਕਿ ਮੈਨੂੰ ਤਾਂ ਤੈਰਨਾ ਵੀ ਨਹੀਂ ਆਉਂਦਾ ਅਤੇ ਮੈਨੂੰ ਉਚਾਈ ਤੋਂ ਵੀ ਬਹੁਤ ਡਰ ਲੱਗਦਾ ਹੈ। ਇਸੇ ਲਈ ਮੈਂ ਛਲਾਂਗ ਲਗਾਉਣ ਤੋਂ ਪਹਿਲਾਂ ਅਰਦਾਸ ਕੀਤੀ ਸੀ ਤੇ ਅਰਦਾਸ ਵਿੱਚ ਵੀ ਮੈਂ ਇਹੀ ਕਿਹਾ ਸੀ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ, ਮੇਰੀ ਲਾਜ ਰੱਖੀ, ਜੇ ਤੂੰ ਮੇਰੀ ਅੱਜ ਜਾਨ ਬਚਾ ਲਵੇਂਗਾ ਤਾਂ ਇਸ ਔਰਤ ਨੂੰ ਮੈਂ ਸਦਾ ਲਈ ਆਪਣੀ ਭੈਣ ਬਣਾ ਲਵਾਂਗਾ। ਦੇਖੋ, ਉਸ ਅਕਾਲ ਪੁਰਖ ਨੇ ਮੇਰੇ ਤੇ ਕਿਰਪਾ ਕੀਤੀ ਤੇ ਮੈਨੂੰ ਬਚਾ ਲਿਆ। ਉਹ ਭੋਲਿਆ, ਉਹ ਤਾਂ ਜੱਗ ਨੂੰ ਤਾਰਨ ਵਾਲਾ ਹੈ, ਇਸ ਨਿਮਾਣੇ ਜਿਹੇ ਸਿੰਘ ਨੂੰ ਇੱਕ ਛੋਟੇ ਜਿਹੇ ਸਰੋਵਰ ਵਿੱਚੋਂ ਕਿਉਂ ਨਾ ਤਾਰਦਾ। ਜੱਗ ਨੂੰ ਤਾਰਨ ਵਾਲੀ ਗੱਲ ਸੁਣ ਕੇ ਮੈਂ ਇੱਕਦਮ ਇਮੋਸ਼ਨਲ ਹੋ ਗਿਆ। ਮਨ ਵਿੱਚ ਸੋਚਿਆ ਕਿ ਮੈਂ ਤਾਂ ਕਦੇ ਗੁਰੂ ਦੇ ਕੋਲ ਜਾ ਕੇ ਦੇਖਿਆ ਹੀ ਨਹੀਂ, ਗੁਰੂ ਕੋਲ ਕਦੇ ਬੈਠਿਆ ਵੀ ਨਹੀਂ, ਕਦੇ ਉਸ ਨਾਲ ਗੱਲਾਂ ਕੀਤੀਆਂ ਹੀ ਨਹੀਂ, ਜਦੋਂ ਵੀ ਗੁਰੂ ਘਰ ਜਾਂਦਾ ਬਸ ਹੱਥ ਲਾ ਕੇ ਭੱਜਣ ਦੀ ਕਰਦਾ। ਮੈਂ ਸੋਚਿਆ ਕਿ ਮੇਰੀ ਗਲਤੀ ਤਾਂ ਮੁਆਫ ਕਰਨ ਦੇ ਯੋਗ ਵੀ ਨਹੀਂ ਹੈ, ਪਰ ਫਿਰ ਵੀ ਮੈਂ ਹੱਥ ਜੋੜ ਕੇ ਉਸ ਸਿੰਘ ਪਾਸੋਂ ਅਤੇ ਪੂਰੀ ਸੰਗਤ ਪਾਸੋਂ ਮੁਆਫ਼ੀ ਮੰਗੀ ਤੇ ਆਪਣੀ ਘਰਵਾਲੀ ਕੋਲੋਂ ਵੀ ਮੁਆਫ਼ੀ ਮੰਗੀ। ਹੁਣ ਸਾਡੇ ਦੋਵਾਂ ਦੀਆਂ ਅੱਖਾਂ 'ਚ ਪਾਣੀ ਸੀ। ਅਸੀਂ ਦੋਵਾਂ ਨੇ ਗੁਰੂ ਘਰ ਦੇ ਅੰਦਰ ਜਾ ਕੇ ਮੱਥਾ ਟੇਕਿਆ ਤੇ ਗੁਰਬਾਣੀ ਸੁਣੀ, ਫਿਰ ਪ੍ਰਸ਼ਾਦ ਲੈਣ ਤੋਂ ਬਾਅਦ ਲੰਗਰ ਹਾਲ ਵਿੱਚ ਜਾ ਕੇ ਸੇਵਾ ਵੀ ਕੀਤੀ। ਬਾਅਦ ਵਿੱਚ ਅਸੀਂ ਕਮੇਟੀ ਵਾਲਿਆਂ ਤੋਂ ਅੰਮ੍ਰਿਤ ਛਕਣ ਵਾਸਤੇ ਪੁੱਛਿਆ। ਉਹਨਾਂ ਕਿਹਾ ਕਿ ਹਰ ਐਤਵਾਰ ਨੂੰ ਇੱਥੇ ਅੰਮ੍ਰਿਤ ਛਕਾਇਆ ਜਾਂਦਾ ਹੈ। ਅਗਲੇ ਐਤਵਾਰ ਮੈਂ ਅਤੇ ਮੇਰੀ ਪਤਨੀ ਫਿਰ ਤੋਂ ਪੰਜਾਬ ਗਏ ਤੇ ਉਸੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਅਸੀਂ ਦੋਵਾਂ ਨੇ ਅੰਮ੍ਰਿਤ ਛਕ ਲਿਆ। ਮੇਰੀ ਗਲਤੀ ਦਾ ਅਸਲ ਪਸ਼ਚਾਤਾਪ ਇਹੀ ਸੀ। ਮੈਂ ਬਾਣੀ ਪੜ੍ਹਨੀ ਸਿੱਖੀ, ਹਰ ਰੋਜ਼ ਗੁਰਦੁਆਰੇ ਜਾਣਾ, ਸੰਗਤ ਵਿੱਚ ਬੈਠ ਕੇ ਨਾਮ ਬਾਣੀ ਸਰਵਣ ਕਰਨਾ ਤੇ ਫਿਰ ਲੰਗਰ ਹਾਲ ਦੇ ਵਿੱਚ ਜਾ ਕੇ ਸੇਵਾ ਕਰਨੀ। ਏਦਾਂ ਮਹਿਸੂਸ ਹੋਇਆ ਕਿ ਜਿਵੇਂ ਮੇਰੀ ਆਤਮਾ ਨੂੰ ਕੋਈ ਦੋਸਤ ਮਿਲ ਗਿਆ ਹੋਵੇ। ਵੈਸੇ ਦੁਨਿਆਵੀ ਦੋਸਤ ਤਾਂ ਬਹੁਤ ਸਨ, ਪਰ ਸਭ ਮਤਲਬ ਦੇ। ਆਤਮਾ ਦਾ ਦੋਸਤ ਨਿਵੇਕਲਾ ਸੀ, ਜੋ ਮੇਰੇ ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਸੀ, ਜਿਸ ਨਾਲ ਮੈਂ ਹਰ ਗੱਲ ਕਰ ਲੈਂਦਾ ਸੀ। ਮੈਂ ਇਹ ਵੀ ਸੋਚਦਾ ਸੀ ਕਿ ਮੇਰੇ ਵਾਂਗੂ ਪਤਾ ਨਹੀਂ ਕਿੰਨੇ ਹੀ ਲੋਕ ਗੁਰਦੁਆਰੇ ਨੂੰ ਸਿਰਫ ਹੱਥ ਲਾ ਕੇ ਮੁੜ ਜਾਂਦੇ ਨੇ, ਜਿੱਦਾਂ ਕੋਈ ਕਬੱਡੀ ਦਾ ਮੈਚ ਚੱਲ ਰਿਹਾ ਹੋਵੇ ਕਿ ਜਲਦ ਤੋਂ ਜਲਦ ਹੱਥ ਲਾ ਕੇ ਆਪਣੇ ਪਾੜੇ ਵਿੱਚ ਵਾਪਸ ਮੁੜਨਾ ਹੈ। ਕਈ ਲੋਕ ਪਿਕਨਿਕ ਕਰਨ, ਘੁੰਮਣ ਫਿਰਨ, ਟਾਈਮ ਪਾਸ ਕਰਨ ਜਾਂ ਫਿਰ ਫੋਟੋਆਂ ਖਿਚਾਉਣ ਲਈ ਹੀ ਗੁਰਦੁਆਰੇ ਆਉਂਦੇ ਨੇ ਤਾਂ ਕਿ ਸੋਸ਼ਲ ਮੀਡੀਆ 'ਤੇ ਪਾ ਸਕਣ। ਮੱਥਾ ਟੇਕਣ ਲਈ ਲਾਈਨ ਵਿੱਚ ਲੱਗਣਾ ਪੈ ਜਾਵੇ ਤਾਂ ਉਹਨਾਂ ਨੂੰ ਔਖਾ ਹੋ ਜਾਂਦਾ ਹੈ, ਕਈ ਤਾਂ ਕਮੇਟੀਆਂ ਨੂੰ ਗਾਲਾਂ ਵੀ ਕੱਢਣ ਲੱਗ ਜਾਂਦੇ ਹਨ। ਸੰਗਤ ਜੀ, ਗੁਰਦੁਆਰਾ ਸਾਹਿਬ ਸਬਰ, ਸੰਤੋਖ ਅਤੇ ਸਹਿਜ ਦਾ ਦੂਜਾ ਨਾਮ ਹੈ। ਇੱਥੇ ਜਦੋਂ ਵੀ ਆਓ, ਸਹਿਜ ਅਵਸਥਾ ਵਿੱਚ ਖੁੱਲ੍ਹੇ ਟਾਈਮ ਨਾਲ ਆਓ।
ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਕਾਹਲ ਨਾ ਹੋਵੇ, ਤੁਹਾਡਾ ਪੂਰਾ ਧਿਆਨ ਸਿਰਫ ਗੁਰੂ ਘਰ ਅਤੇ ਗੁਰਬਾਣੀ ਵਿੱਚ ਹੋਵੇ, ਫਿਰ ਹੀ ਗੁਰਦੁਆਰੇ ਆਇਆ ਸਫਲਾ ਹੈ। ਤੁਸੀਂ ਇਸ ਬਾਰੇ ਕੀ ਰਾਏ ਰੱਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।